ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ 8 ਸਾਲ ਪੁਰਾਣੇ ਅੰਨੇ ਕਤਲ ਦੀ ਗੁੱਥੀ ਸੁਲਝਾ ਕੇ 3 ਕਥਿਤ ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਐਸਪੀਡੀ ਹਰਪਾਲ ਸਿੰਘ ਨੇ ਦੱਸਿਆ ਕਿ 8 ਸਾਲਾਂ ਬਾਅਦ ਇਹ ਕਤਲ ਦੀ ਗੁੱਥੀ ਮੁਖਬਰ ਦੀ ਸੂਚਨਾ ਤੇ ਸੁਲਝਾਈ ਗਈ ਹੈ। ਇਹ ਕਤਲ ਨਜਾਇਜ਼ ਸੰਬੰਧਾਂ ਨੂੰ ਛੁਪਾਉਣ ਦੇ ਮਕਸਦ ਨਾਲ ਕੀਤਾ ਗਿਆ ਸੀ। ਉਧਰ ਪੁਲਿਸ ਨੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਆਪਣਾ ਲਈ ਰਸਤੇ ਦੇ ਕਰਕੇ ਨਹਿਰ ਦੇ ਵਿੱਚ ਸਿੱਟਾ ਆਪਣੇ ਨਾਲ ਦੇ ਵਿੱਚ ਰੱਖਦੀ ਗਿਆ ਅਤੇ ਪਤੀ ਜੀ ਮਿਹਨਤ ਰੱਖ ਅਤੇ ਹੈਗੀ ਆ ਇਹਦਾ ਥੋੜ੍ਹਾ ਬਹੁਤਾ ਇਨਫੋਰਮੇਸ਼ਨ ਪਹਿਲਾਂ ਸੀ ਆ ਰਿਹਾ ਕੁਛ ਵੀ ਅਤੇ ਥਾਣੇ ਵਾਲਿਆਂ ਨੇ ਡਿਸਕਸ ਕੀਤੀ। ਇਸ 'ਤੇ ਫਿਰ ਜਿਹੜਾ ਹੈਗਾ ਜਿਹੜਾ ਪੁਖਤਾ ਜਾਣਕਾਰੀ ਮਿਲੀ ਇਹਨਾਂ ਦੇ ਕੇਸ ਰਜਿਸਟਰ ਕਰਕੇ ਜਿਹੜਾ ਕਦਮਾਂ ਨੰਬਰ 91 ਲਿਖੀ 7718 ਅਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਗ੍ਰਿਫਤਾਰ ਕਰ ਲਿਆ ਅਤੇ ਹੁਣ ਇਹਨਾਂ ਦੀ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਊਗੀ। ਜੋ ਸਵਾਲ ਮਿਲਦੇ ਆਊਗਾ ਉਹਨੇ ਬਲੈਕਮੇਲ ਕੀਤਾ। ਕਿੰਨੇ ਬੰਦੇ ਅਰੈਸਟ ਕੀਤੇ ਟੋਟਲ? 2-3 ਹੋ ਗਏ ਨੇ, ਇੱਕ ਬੇਬੀ ਆ, 2 ਇਹ ਸੁਖਵਿੰਦਰ ਸਿੰਘ ਅਤੇ ਗਰਮਾ ਮਰਡਰ ਇਹ 2010 ਦੀ ਗੱਲ ਚੱਲਦੀ ਚੱਲਦੀ ਪਹਿਲਾਂ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਸਾਡੇ ਕੋਲ ਸੀ, ਆਪਣੇ ਸੀਆਰ ਕੋਲ ਸੀਗੀ, ਥਾਣੇ ਸੀਗੀ, SHO ਸਾਹਿਬ ਕੋਲ, ਫਿਰ ਉਹਨੂੰ ਕਲੈਕਟ ਕਰਕੇ ਜਿਹੜੀ ਹੈਗੀ ਆ ਪੁੱਛ ਕੇ ਤਾਂ ਫਿਰ ਇਹਨਾਂ ਨੇ ਬੰਦੇ ਨੇ ਵੀ ਗਲਤੀ। ਮੰਡੀ ਗੋਬਿੰਦਗੜ੍ਹ ਤੋਂ ਭੁਪਿੰਦਰ ਸਿੰਘ ਢਿਲੋਂ ਦੀ ਰਿਪੋਰਟ, ਚੈਨਲ 2।